ਸਤਿ ਸ਼੍ਰੀ ਅਕਾਲ ਜੀ। ਵਿਗਿਆਨ ਭਵਨ ਦੇ ਅੰਦਰੋਂ ਕਿਸਾਨ ਏਕਤਾ ਮੋਰਚੇ ਤੋਂ ਲਾਈ ਵਾਂ। ਪਹਿਲੇ ਦੌਰ ਦੀ ਜਿਹੜੀ ਮੀਟਿੰਗ ਸੀ ਉਹ ਖਤਮ ਹੋ ਚੁੱਕੀ ਹੈ। ਮੀਟਿੰਗ ਦੇ ਵਿੱਚ ਕੀ ਗੱਲ ਹੋਈ ਸਵੇਰ ਤੋਂ ਲੈ ਕੇ ਹੁਣ ਤੱਕ, ਕਿਵੇਂ ਵਰਤਾਵ ਰਿਹਾ? ਰਜਿੰਦਰ ਜੀ ਨੇ, ਰਜਿੰਦਰ ਸਿੰਘ, ਦੀਪ ਸਿੰਘ ਵਾਲਾ, ਕਿਰਤੀ ਕਿਸਾਨ ਯੂਨੀਅਨ ਤੋਂ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਕਿਵੇਂ ਮੀਟਿੰਗ ਦੇ ਵਿੱਚ ਅੱਜ ਸਾਰਾ ਪ੍ਰੋਗਰਾਮ ਚੱਲਿਆ? ਜਦੋਂ ਗੱਲਬਾਤ ਸ਼ੁਰੂ ਹੋਈ ਹੈ, ਸਭ ਤੋਂ ਪਹਿਲਾਂ ਤਾਂ ਅਸੀਂ ਇਹ ਕਿਹਾ ਕਿ ਆਉਂਦਿਆਂ ਜਿੱਦਾਂ ਰੁਲਦੂ ਸਿੰਘ ਮਾਨਸਾ ਜੀ ਦੀ ਗੱਡੀ ਦਾ ਸ਼ੀਸ਼ਾ ਭੰਨਿਆ ਪੁਲਿਸ ਨੇ, ਉਹ 'ਤੇ ਸਖ਼ਤ ਇਤਰਾਜ਼ ਲਾਇਆ ਵੀ ਤੁਸੀਂ ਇੱਦਾਂ। ਫਿਰ ਫੋਨ 'ਤੇ ਦਰਸ਼ਨਪਾਲ ਜੀ ਨੂੰ ਧਮਕੀ ਆਈ ਆ, ਉਹਦੇ 'ਤੇ ਸਖ਼ਤ ਇਤਰਾਜ਼ ਕੀਤਾ ਸੀ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਨੇ, ਅਤੇ ਹਰਨ ਮੌਲਾ ਜੀ ਨੂੰ ਜਿਸ ਤਰ੍ਹਾਂ ਪੁਲਿਸ ਨੇ ਆਉਂਦਿਆਂ ਬਦਤਮੀਜ਼ੀ ਕੀਤੀ ਆ ਕਿ ਪੁਲਿਸ ਨੇ ਅੱਜ ਜਿਹੜੀ ਕਿਸਾਨ ਆਗੂ ਨਾਲ ਬਦਤਮੀਜ਼ੀ ਕੀਤੀ ਆ, ਇਹ ਗੱਲ ਅਸੀਂ ਸਖ਼ਤੀ ਨਾਲ ਉਠਾਈ ਆ। ਔਰ ਇਹ ਵੀ ਕਿਹਾ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਅਸੀਂ ਜਿਹੜੇ ਹੈਗੇ ਉਹ ਦਬਣ ਵਾਲੇ ਨਹੀਂ ਗੇ। ਦੂਸਰੀ ਜਿਹੜੀ ਸਰਕਾਰ ਨੇ ਸਾਨੂੰ ਪ੍ਰਪੋਜ਼ਲ ਦਿੱਤੀ ਸੀ, ਉਹ ਅਸੀਂ ਕਹਿਤਾ ਕਿ ਅਸੀਂ ਪ੍ਰਪੋਜ਼ਲ ਕੱਲ੍ਹ ਹੀ ਰੱਦ ਕਰ ਚੁੱਕੇ ਹਾਂ। ਕਾਨੂੰਨ ਰੱਦ ਤੋਂ ਬਿਨਾਂ ਕੋਈ ਗੱਲ ਜਿਹੜੀ ਹੈਗੀ ਆ ਮਨਜ਼ੂਰ ਨਹੀਂ ਹੈਗੀ ਗੀ। 2 ਸਾਲ ਸਸਪੈਂਡ ਕਰਕੇ ਤੁਸੀਂ ਬਾਅਦ 'ਚ ਵੀ ਜੇ ਕਾਨੂੰਨ ਰੱਦ ਕਰਨੇ ਆ, ਅੱਜੇ ਕਿਉਂ ਨਹੀਂ ਰੱਦ ਕਰਦੇ ਗੇ? ਇਸ ਕਰਕੇ ਫਿਰ ਉਹ 15 ਤੋਂ 20 ਮਿੰਟ ਗੱਲ ਹੋਈ ਆ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਉੱਠ ਕੇ ਚਲੇ ਗਏ ਆ ਕਿ ਅਸੀਂ ਸੋਚ ਲਿਆ, ਮਤਲਬ ਤੁਸੀਂ ਵੀ ਜਿਹੜਾ ਹੈਗਾ ਸੋਚ ਲਓ। ਤਾਂ ਅਸੀਂ ਕਿਹਾ ਵੀ ਅਸੀਂ ਤਾਂ ਸੋਚ ਕੇ ਜਿਹੜਾ ਹੈਗਾ ਆਏ ਹੋਏ ਆ, ਸਿਰਫ 15 ਮਿੰਟ ਗੱਲ ਹੋਈ ਆ, ਉਸ ਤੋਂ ਬਾਅਦ ਜਿਹੜੇ ਹੈਗੇ ਉੱਠ ਕੇ ਉਹ ਚਲੇ ਗਏ ਆ, ਅਤੇ ਹੁਣ ਅਸੀਂ ਜਿਹੜਾ ਹੈਗਾ ਉਹ ਲੰਚ ਬ੍ਰੇਕ ਹੋਈ ਆ, ਖਾਣਾ ਖਾਣ ਲੱਗੇ ਹੈਗੇ ਆ। ਗੱਲ ਉੱਥੇ ਜਿਹੜੀ ਹੋਈ ਆ, ਅਸੀਂ ਵੀ 3 ਕਾਨੂੰਨ ਜਿਹੜੇ ਹੈਗੇ ਆ ਰੱਦ ਕਰਾਉਣੇ ਆ। ਨਾਰਾ ਪੂਰੀ ਦੁਨੀਆ 'ਚ ਗੂੰਜਿਆ ਹੋਇਆ ਵੀ 3 ਕਾਨੂੰਨ ਚੱਕਣਾ ਚੂਰ, ਇਸ ਤੋਂ ਘੱਟ ਨਹੀਂ ਮਨਜ਼ੂਰ, 3 ਕਾਨੂੰਨ ਰੱਦ ਕਰੋ। ਔਰ MSP ਨੂੰ ਜਿਹੜਾ ਹੈਗਾ ਦੇ ਤਹਿਤ ਸਰਕਾਰੀ ਖਰੀਦ ਦੀ ਜਿਹੜੀ ਗਰੰਟੀ ਦਾ ਉਹ ਕਾਨੂੰਨ ਬਣਾਓ, ਇਸ ਤੋਂ ਬਿਨਾਂ ਕੁਛ ਵੀ ਮਨਜ਼ੂਰ ਨਹੀਂ। ਹੁਣ ਜੇ ਸਰਕਾਰ ਦੁਬਾਰਾ ਗੱਲ ਕਰੂਗੀ ਤਾਂ ਦੇਖਾਂ ਕੀ ਹੁੰਦਾ, ਪਰ ਅਸੀਂ ਆਪਣੀਆਂ ਮੰਗਾਂ 'ਤੇ ਡਟੇ ਹੋਏ ਹਾਂ। ਰਜਿੰਦਰ ਜੀ, ਜਦੋਂ ਖੇਤੀਬਾੜੀ ਮੰਤਰੀ ਆਏ ਨੇ, ਆ ਕੇ ਗੱਲਬਾਤ ਕੀਤੀ ਹੈ, ਗੱਲ ਕਰਨ ਦਾ ਰੁੱਖ ਜਿੱਦਾਂ ਤਲਖੀ ਭਰਿਆ ਸੀ ਜਾਂ ਨੋਰਮਲ ਸੀ ਜਾਂ ਕਿਵੇਂ ਦਾ ਸੀਗਾ? ਨਹੀਂ, ਅਸੀਂ ਸ਼ਬਦਾਂ ਤੋਂ ਕੁਛ ਵੀ ਜੱਜ ਨਹੀਂ ਕਰਦੇ ਗੇ, ਸ਼ਬਦਾਂ 'ਚ ਕੀ ਬੋਲਦੇ, ਨਰਮਾ ਜਾਂ ਸਖਤਾ, ਅਸੀਂ ਸਟੈਂਡ ਤੋਂ ਜਿਹੜਾ ਹੈਗਾ ਤੈਅ ਕਰਦੇ ਹਾਂ। ਸਟੈਂਡ ਸਰਕਾਰ ਦਾ ਉਹੀ ਆ, ਔਰ ਸਾਡਾ ਸਟੈਂਡ ਬਿਲਕੁਲ ਉਹੀ ਆ ਪਹਿਲੇ ਦਿਨ ਤੋਂ ਹੀ ਕਿ ਖੇਤੀ ਕਾਨੂੰਨ ਰੱਦ ਤੋਂ ਬਿਨਾਂ ਕੋਈ ਵੀ ਚੀਜ਼ ਮਨਜ਼ੂਰ ਨਹੀਂ ਹੈ। ਰਜਿੰਦਰ ਜੀ, ਜਿਵੇਂ ਹਰ ਵਾਰੀ ਅਸੀਂ ਦੇਖਿਆ ਕਿ ਪਹਿਲੇ ਹਾਫ ਦੇ ਵਿੱਚ ਇਹ ਕੁਛ ਨਹੀਂ ਕਰਦੇ, ਪਹਿਲੇ ਹਾਫ ਦੇ ਵਿੱਚ ਫੈਡ ਅਪ ਕਰਦੇ ਨੇ, ਦੂਜੇ ਹਾਫ ਦੇ ਵਿੱਚ ਕੋਈ ਨਾ ਕੋਈ ਇਹ ਆਪਣਾ ਪ੍ਰਸਤਾਵ ਲੈ ਕੇ ਆਉਂਦੇ ਨੇ, ਕੋਈ ਇਹਦੇ ਬਾਰੇ ਆਸ ਹੈ ਜਾਂ ਕੋਈ ਗੱਲਬਾਤ ਹੈ ਇੱਦਾਂ ਦੀ? ਨਹੀਂ, ਇਹਦੇ ਬਾਰੇ ਤਾਂ ਕੀ ਕਹਿ ਸਕਦੇ ਹਾਂ, ਇਹ ਤਾਂ ਹੁਣ ਜਦੋਂ ਬੈਠਣਗੇ ਦੇਖਾਂਗੇ, ਜੇ ਬੈਠਣਗੇ ਵੀ ਤਾਂ ਠੀਕ ਆ, ਨਹੀਂ ਤਾਂ ਨਹੀਂ, ਕੋਈ ਗੱਲ ਨਹੀਂ, ਅਸੀਂ ਆਪਣੇ ਅੰਦੋਲਨ ਦੇ ਰਾਹ 'ਤੇ ਚੱਲ ਰਹੇ ਹਾਂ ਔਰ ਦ੍ਰਿੜਤਾ ਨਾਲ ਚੱਲਾਂਗੇ। ਇਹ ਸੀ ਰਜਿੰਦਰ ਸਿੰਘ, ਦੀਪ ਸਿੰਘ ਵਾਲਾ ਜੀ, ਇਹਨਾਂ ਨੇ ਦੱਸਿਆ ਕਿ ਜੋ ਮੀਟਿੰਗ ਦੇ ਵਿੱਚ ਅੰਦਰ ਹੁਣ ਤੱਕ ਲਗਭਗ ਕੋਈ ਵੀ ਗੱਲ ਸਾਹਮਣੇ ਨਹੀਂ ਆਈ, ਨਾ ਹੀ ਕੋਈ ਸਰਕਾਰ ਵੱਲੋਂ ਕੋਈ ਪਹਿਲਕਦਮੀ ਕੀਤੀ ਗਈ ਹੈ। ਸਰਕਾਰ ਨੇ ਆ ਕੇ ਬਸ ਇਹੀ ਗੱਲ ਕਹੀ ਹੈ ਕਿ ਅਸੀਂ ਆਪਣਾ ਵਿਚਾਰ ਬਣਾ ਕੇ ਤੁਹਾਨੂੰ ਦੱਸ ਦਿੱਤਾ, ਤੁਸੀਂ ਸੋਚ ਲਓ, ਅਸੀਂ ਸੋਚ ਲਿਆ ਹੋਇਆ ਕਿ ਅਸੀਂ ਕਿਵੇਂ ਕਰਨਾ ਹੈ ਜਾਂ ਕੀ ਕਰਾਂਗੇ। ਮੈਂ ਕੋਸ਼ਿਸ਼ ਕਰਦਾ ਕਿ ਹੋਰ ਵੀ ਆਪਣੇ ਨਾਲ ਲਾਈਵ ਲੈਣ ਲਈ, ਸਾਡੇ ਨਾਲ ਧਰਮਿੰਦਰ ਜੀ ਹੈ ਜੋ ਰਿਕੇਸਟ ਕੈਦ ਜੀ ਕੇ ਸਾਥ ਪਿਛਲੇ ਬਹੁਤ ਲੰਬੇ ਸਮੇਂ ਸੇ ਹੈ। ਧਰਮਿੰਦਰ ਜੀ, ਆਪਕਾ ਕਿਆ ਰਹਾ ਮੀਟਿੰਗ ਮੇਂ, ਕੈਸੇ ਸਰਕਾਰ ਕਾ ਵਤੀਰਾ ਥਾ, ਔਰ ਆਪਕੋ ਕਿਆ ਲਗਤਾ ਹੈ? ਨਹੀਂ ਦੇਖੀਏ, ਆਜ ਮੀਟਿੰਗ ਕੇਵਲ 5 ਮਿੰਟ ਕੀ ਹੋਈ ਹੈ। ਸਭਸੇ ਪਹਿਲੇ ਬੈਠਕ ਸ਼ੁਰੂ ਹੋਈ, ਬੈਠਕ ਸ਼ੁਰੂ ਹੋਤੇ ਹੀ ਹਮਾਰੇ ਕੁਛ ਵਰਿਸ਼ਠ ਨੇਤਾਓ ਕੀ ਸ਼ਿਕਾਇਤ ਇਹ ਥੀ ਕਿ ਦਿੱਲੀ ਪੁਲਿਸ ਕਾ ਜੋ ਵਿਵਹਾਰ ਥਾ ਆਜ ਅਸ਼ੋਭਨੀਯ ਥਾ। 2-3 ਕਿਸਾਨ ਨੇਤਾਓ ਕੀ ਗਾੜੀ ਕੋ ਰੋਕਾ ਗਿਆ, ਉਸਮੇਂ ਕਾਫੀ ਗਹਿਮਾ ਗਹਿਮੀ ਹੋਈ ਔਰ ਇੱਕ ਗਾੜੀ ਕਾ ਸ਼ੀਸ਼ਾ ਵੀ ਟੁੱਟ ਗਿਆ, ਤੋ ਉਸਕੀ ਸ਼ਿਕਾਇਤ ਹਮਨੇ ਕੀ। ਦੂਸਰਾ ਜੋ ਹਮਾਰੇ ਦਰਸ਼ਨਪਾਲ ਜੀ ਹੈ, ਉਨਕੋ ਤਮਾਮ ਤਰ੍ਹਾਂ ਕੇ ਕੋਲ ਆ ਰਹੇ ਹੈ, ਧਮਕੀ ਆ ਰਹੀ ਹੈ, ਜਾਂ ਉਨਕੋ ਅਭਦਰ ਭਾਸ਼ਾ ਕਾ ਇਸਤੇਮਾਲ ਉਨਕੇ ਸਾਥ ਕੀਆ ਜਾ ਰਹਾ ਹੈ, ਔਰ ਕੁਛ ਭਾਰਤੀ ਜਨਤਾ ਪਾਰਟੀ ਕੇ ਲੋਕ ਟਵੀਟ ਕਰ ਰਹੇ ਹੈ ਰਾਕੇਸ਼ ਟਿਕੇਤ ਜੀ ਕੇ ਖਿਲਾਫ ਜਾਂ ਉਨਕੇ ਖਿਲਾਫ ਕਿ ਜਬ ਉੱਤਰ ਪ੍ਰਦੇਸ਼ ਮੇਂ ਆਓਗੇ ਤੋ ਯੇ ਹੋਗਾ ਵੋ ਹੋਗਾ, ਯਾਨੀ ਕਿ ਜੋ ਭਾਸ਼ਾ ਹੈ ਗੁੰਡਾਗਰਦੀ ਕੀ, ਵੋ ਵੀ ਵੋ ਆਪਣੇ ਟਵੀਟ ਕੇ ਔਰ ਦੂਸਰੇ ਮਾਧਿਅਮ ਸੇ ਬਤਾਨਾ ਚਾਹਤੇ ਹੈ। तो ये है कि ठीक है, उन चीज़ों से निपटा जाएगा। सरकार ने फिर उस पर सफाई देते हुए कहा कि हमारी मंशा नहीं है, हम बात कर रहे हैं सब लोगों से। तो इसके बाद जो है, ये सब होने के बाद अब ये हुआ है कि हम रिपील चाहते हैं। तो सरकार ने कहा कि हम आपको बेस्ट प्रस्ताव दे चुके हैं, आप इस पर सलाह कर लें और चर्चा कर लें, फिर हमें बता दें। अभी हमारा वही प्रस्ताव है, तो हमारे तरफ से केवल राज्यपाल जी ने डेडलाइन में ये बोला है कि हम रिपील चाहते हैं और यही हमारी जत्थेबंदी की सलाह है, इससे ज़्यादा हम कुछ चाहते नहीं। धर्मेंद्र जी, जैसे हमने पहले भी देखा है कि जो पहले हाफ की मीटिंग होती है उसमें ये कुछ भी बताते नहीं हैं, और जो दूसरे हाफ की मीटिंग चलती है तो तब ये नया कुछ ना कुछ लेकर आते हैं। इसके ऊपर आपका क्या विचार है कि आज भी ये कुछ ऐसा कर सकते हैं? आज बॉडी लैंग्वेज से कुछ ज़्यादा लग नहीं रहा। अच्छा,
अभी मैं मतलब ये मेरा व्यक्तिगत मत है। जी जी, ये थे धर्मेंद्र जी। अभी मैं कोशिश करूंगा आपके साथ, अभिमन्यु जी हमारे साथ, अभिमन्यु कोहाड़ जी हैं। अभिमन्यु जी, आप भी मीटिंग में शामिल थे अब तक, क्या लगा आपको आज मीटिंग में, कुछ समझ आया आपको या क्या क्या रहा? देखिए, आज की जो मीटिंग हुई वो लगभग 1:15 बजे तो शुरू हुई थी। हम तो सब लोग अधिकतर समय पे पहुंच गए थे, लेकिन मंत्री साहिबान है वो लेट आए, जैसे उनकी आदत है पहले की तरह। उसके बाद उन्होंने 2-3 बातें कही, हमने कुछ मुद्दे उठाए, तो उसके बाद उन्होंने कहा कि जी आप एक बार दोबारा से विचार कर लीजिए। तो हमारे सभी सीनियर नेताओं ने कहा कि जी हम पूरा दिन कल विचार करके तो आए ही हैं, तो हमारा तो स्टैंड हमने आपको क्लियर कर दिया, अब आप दोबारा किस चीज पे विचार कराना चाहते हैं? तो लेकिन उन्होंने कहा कि लेकिन फिर भी एक बार विचार कर लीजिए। और हमारे नेताओं ने साफ कर दिया कि भाई हमारी मांग जो है वो तो आप तक पहुंच चुकी है, हम चाहते हैं कि आप इनको रिपील कीजिए और MSP गारंटी का कानून बनाइए, ये हमारी स्पष्ट और सीधी राय है। तो उसके बाद लेकिन मंत्री फिर भी यही बात कहते रहे कि आप एक बार विचार कर लीजिए। उसके बाद मंत्रियों ने कहा कि हम ब्रेक लेते हैं, आप इसी हॉल में बैठ लीजिए, चर्चा कर लीजिए, और वो लोग भी अपनी चर्चा करने के लिए चले गए। तो काफी देर तक तो हम अंदर बैठे रहे, और उसके बाद फिर ये होगा कि भाई प्रसाद आ गया नीचे तो प्रसाद ले लेते हैं। तो ये हुआ है आज का। तो अब तक बेसिकली कुछ नहीं हुआ, सो दूसरे हाफ के ऊपर अगर कुछ होगा तो होगा। हाँ, आप ये कह सकते हैं, मैंने जो बिल्कुल एज इट इज जो पूरी घटनाएं हुई मैंने आपको वो बता दी, आप देखते हैं क्या होता है दूसरे हाफ में उसमें। धन्यवाद अमिनी जी। साडे नाल कवलप्रीत सिंह जी ने, कवलप्रीत जी तुसी भी मीटिंग दे विच हाजिर सी, किवें लग्या तुहानू मीटिंग दे विच, कि सरकार दा कोई रुख है किसानां दे नाल सहमति बनाउण दा, किसानां दीआं भावनावां नूं समझण दा, कि जां सिर्फ टाइम पास कर रहे ने? अजे सिर्फ टाइम पास कर रहे हैं। जिहड़ी साडी प्रपोजल आ सरकार दे अगे गई, जिहड़ा साडा मंग पत्र सरकार को पिया, उस मंग पत्र दे विच जिहड़ी असी तिन्ना कानूनां दी गल कीती है जी, जिहदे च MSP दी गल कीती है, क्योंकि तीन कानून साडी होण दा सवाल आ, ये तीन कानून रद्द होने चाहीदे आ। जे तीन कानून रद्द हुंदे फिर किसान दी होंद बचदी आ, जे कानून रद्द नहीं हुंदे ते फिर साडी होंद नूं खतरा। इस करके जदों सवाल होण दा होवे उदों किसी थलड़ी गल ते समझौता नहीं किया जा सकता। बिल्कुल, इस वेले असी जथेबंदियां वाले इस गल ते खड़े हाँ कि सरकार कानून रिपील करे, MSP ते कानून बनावे, सरकारी खरीद की गरंटी दी जाए, तो जिहड़ा सरकारी खरीद तो उस तो घट खरीदे उत्ते कानूनी कार्रवाई होवे। अगली गल ये कह रहे हैं कि MSP का फायदा सिर्फ 6% लोगों को मिल रहा। साड़ी मांग आ कि ये हिंदुस्तान के सारे किसानों को फायदा मिलना चाहिए। बिल्कुल, यदा मतलब ये नहीं गा जो 6% को यदा फायदा मिल रहा तो 6% के उत्तों भी इनू कट ला दो, इनू वधाउण दा मान लो ये कह देंगे कि जिहड़ा सरकारी हस्पताल आ उहदे च गरीब लोग जाते हैं, उन्हां दा इलाज उत्थे हुंदा, ये कहण भी वह थोड़ी गिणती च रह गए तो प्राइवेट ज्यादा गिणती बन गए, इस करके थोड़ी गिणती वाले हॉस्पिटल बंद कर दिते जाण। ये कदाचित गल नहीं होनी।